ਗੋਬਿੰਦ ਸਿੰਘ ਸਾਹਿਬ ਦੀਆਂ ਕਲਮਾਂ ਨੇ। ਕਲਮਾਂ ਸਮਝਦੇ ਹੋ, ਇਹ ਬਾਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਦੇ ਬਾਗ ਵਿੱਚ ਕਲਮਾਂ ਪਾਲਣ ਨੂੰ ਮੈਨੂੰ ਡਿਊਟੀ ਦਿੱਤੀ ਵੀ ਤੁਸੀਂ ਕਲਮਾਂ ਨੂੰ ਪਾਲਦੇ ਅਤੇ ਲਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖੀ ਦੇ ਬਾਗ ਵਿੱਚ ਲਿਆ ਕੇ, ਅਤੇ ਮੇਰਾ ਧਰਮ ਆ ਕਿਤੇ ਇਹਨਾਂ ਕਲਮਾਂ ਦੇ ਵਿੱਚ ਕੋਈ ਬੁਰਿਆਈ ਨਾ ਰਹਿ ਜੇ। ਨਿਤਨੇਮ ਕਰਾਉਣਾ, ਸਿਮਰਨ ਕਰਾਉਣਾ, ਫਿਰ ਸਕੂਲੇ ਭੇਜਣਾ, ਲੰਗਰ ਘਰੋਂ ਬਣਾ ਕੇ ਭੇਜਣਾ, ਲੰਗਰ ਉਹਨਾਂ ਉੱਥੇ ਉਹ ਛਕਣਾ। ਇੱਕ ਦਿਨ ਅੱਜ ਐਸਾ ਆਇਆ, 6.5 ਫੁੱਟ ਲੰਬੇ ਨੇ, ਪਿੱਛੇ ਢਾਲੇ ਪਾਏ ਨੇ, ਤਲਵਾਰਾਂ ਗਲ ਵਿੱਚ ਪਈਆਂ। ਹੇਵੜ ਦੀ ਯੂਨੀਵਰਸਿਟੀ ਦੁਨੀਆ 'ਤੇ ਮੰਨੀ ਆ, ਅੱਖ ਵਾਹਿਗੁਰੂ ਕਿੱਥੋਂ ਦੀ, ਹੇਵੜ ਦੀ, ਉਸ ਯੂਨੀਵਰਸਿਟੀ 'ਚੋਂ ਪੜ੍ਹਦੇ ਨੇ। ਮੈਂ ਉਹਨਾਂ ਨੂੰ ਪੁੱਛਿਆ, ਹੁਣ ਤਾਂ ਤੁਸੀਂ ਬਹੁਤ ਵੱਡੇ ਹੋ ਗਏ ਹੋ, 25-25, 30-30 ਸਾਲ 'ਤੇ ਹੋ ਗਏ, ਅੱਜ ਤੁਸੀਂ ਤਲਵਾਰਾਂ ਪਾ ਕੇ ਜਾਂਦੇ ਹੋ, ਤੁਸੀਂ ਢਾਲਾਂ ਪਾ ਕੇ ਜਾਂਦੇ ਹੋ, ਤੁਹਾਨੂੰ ਕਿਸੇ ਤੋਂ ਇਸ ਤਰ੍ਹਾਂ ਦੀ ਮਹਿਸੂਸ ਨਹੀਂ ਹੁੰਦੀ? ਕਹਿੰਦਾ ਨਹੀਂ ਖਾਲਸਾ ਜੀ, ਅੱਖ ਵਾਹਿਗੁਰੂ। ਉੱਚੀ ਬੋਲੋ ਧੀਓ, ਵੈਸੇ ਸੁਣ ਰਹੀ ਹੈ ਜੇ। ਕੋਈ ਚਾਈਨਾ ਦਾ ਬੱਚਾ ਪੜ੍ਹਨ ਆਉਂਦਾ ਹੈ, ਕੋਈ ਅਫਰੀਕਾ ਦਾ ਬੱਚਾ ਪੜ੍ਹਨ ਆਉਂਦਾ ਹੈ, ਕੋਈ ਜਪਾਨ ਦਾ ਬੱਚਾ ਪੜ੍ਹਨ ਆਉਂਦਾ। ਜਦੋਂ ਸਾਡਾ ਸਰੂਪ ਵਹਿੰਦੇ ਆ ਨਾ, ਅਤੇ ਸਾਨੂੰ ਆਣ ਕੇ ਤਰਲੇ ਪਾਉਂਦੇ, ਇੱਕ ਪਿਕਚਰ ਸਾਡੇ ਨਾਲ ਦੇ ਦਿਓ, ਇਹੋ ਜਿਹਾ ਬੰਦਾ ਤਾਂ ਅਸੀਂ ਕਦੀ ਵੇਖਿਆ ਹੀ ਨਹੀਂ। ਇਹ ਸਾਡਾ ਬੈਕਫੁੱਟ 'ਤੇ ਅਸੀਂ ਤਾਂ ਗਏ ਹਾਂ। ਸਭ ਤੋਂ ਪਹਿਲਾਂ ਜਾਣੋ ਮੱਛੀ ਤੜਫਦੀ ਕਦੋਂ, ਇਹ ਸਿੱਧੀ ਜੀ ਗੱਲ ਕਰ ਲਈਏ, ਮੱਛੀ ਬੋਲੋ ਜੀ ਨਹੀਂ, ਪਾਣੀ ਜਦੋਂ ਘਟੀ ਜਾਂਦਾ ਹੈ ਫਿਰ ਵੀ ਤੜਫਦੀ ਵੀ, ਹੁਣ ਮੇਰਾ ਪਾਣੀ ਮੁੱਕਣ ਵਾਲਾ ਹੈ। ਅਸੀਂ ਤਾਂ ਤੜਫ ਰਹੇ ਹਾਂ ਵੀ ਸਾਡੇ ਘਰੋਂ ਪਾਣੀ ਮੁੱਕਦੀ ਜਾਂਦੀ। ਮੱਛੀ ਦਾ ਜੀਵਨ ਪਾਣੀ ਹੈ, ਬੋਲੋ ਜੀ ਗੱਜ ਕੇ ਬੋਲੋ। ਕਿੱਧਰ ਚਲੇ ਗਈ ਰੁਮਾਲ ਵਾਲੀ, ਤੈਨੂੰ ਕਹਿ ਸੁਣਦੇ ਹੋਏ ਨਾ, ਉਦੋਂ ਨਹੀਂ ਵੇਖੀਦਾ ਕੌਣ ਜਾ ਰਿਹਾ। ਵਚਨ 'ਚ ਧਿਆਨ ਰੱਖੀਦਾ, ਬਾਣੀ 'ਚ ਧਿਆਨ ਰੱਖੀਦਾ। ਮੱਛੀ ਕੱਲ੍ਹ ਤੋਂ ਬਿਨਾਂ ਤੜਫਦੀ, ਬੋਲੋ ਨਾ। ਅਤੇ ਜੇ ਸਿੱਖ ਨੂੰ ਅੱਜ ਤੜਫਣ ਦੀ ਹਾਲਤ ਆ ਗਈ ਆ, ਅਤੇ ਸਿੱਖ ਦਾ ਜੀਵਨ ਬਾਣੀ ਹੈ, ਮੱਛੀ ਦਾ ਕੀ ਅਤੇ ਸਿੱਖ ਦਾ। ਤੁਸੀਂ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ, ਮੈਨੂੰ ਨਹੀਂ ਪਤਾ ਤੁਸੀਂ ਪੜ੍ਹਦੀਆਂ ਕਿ ਨਹੀਂ, ਮੈਨੂੰ ਕੁਛ ਨਹੀਂ ਤੁਹਾਡੇ ਬਾਰੇ ਗਿਆਨ ਵੀ ਤੁਸੀਂ ਬਾਣੀ ਪੜ੍ਹਦੇ ਹੋ ਕਿ ਨਹੀਂ। ਮੈਂ ਤਾਂ ਕਹਿੰਦਾ ਇੱਕ ਵਾਰ ਆਪੋ ਆਪਣੇ ਘਰ ਝਾਤੀ ਮਾਰ ਲਓ, ਕੀ ਸਾਡੇ ਘਰ ਕੋਈ ਰਹਿ ਰਾਸ ਕਰਦਾ ਹੈ, ਕੀ ਸਾਡੇ ਘਰ ਕੋਈ ਅੰਮ੍ਰਿਤ ਵੇਲੇ ਗੁਰੂ ਕਾ ਸਿੰਘ। ਇੱਕ ਇੱਕ ਮੋਟੀ ਜਿਹੀ ਗੱਲ ਆ, ਤੁਸੀਂ ਪੇਂਡੂ ਬੈਠੇ, ਮੈਨੂੰ ਤਾਂ ਦਿਲ ਕਰਦਾ ਗੱਲਾਂ ਕਰਨ, ਸਵੇਰੇ ਤੁਸੀਂ 4 ਵਜੇ ਤੁਸੀਂ ਗਲੀ ਥਾਣੀ ਲੰਘੇ ਹੋ, ਅੱਖ ਵਾਹਿਗੁਰੂ, ਸਮਝ ਲੱਗ ਰਹੀ ਜੀ, 4 ਵਜੇ ਕਿਸੇ ਗਲੀ 'ਚੋਂ ਨਹੀਂ ਲੰਘੇ, ਉੱਥੇ 4 ਵਜੇ ਬਲਬ ਜਗਿਆ ਕਿਸੇ ਦਾ, ਸਾਰਿਆਂ ਦੇ ਬੁਝੇ, ਅਤੇ ਉੱਥੇ ਪਾਣੀ ਚੱਲਣ ਡਿਆ, ਕਿੱਥੇ, ਕਿਸੇ ਘਰ 'ਚ, ਅਤੇ ਬਲਬ ਜਗ ਰਿਹਾ, ਪਾਣੀ ਚੱਲ ਰਿਹਾ। ਤੁਹਾਡੇ ਅੰਦਰ ਕੀ ਆਉਂਦਾ ਹੈ, ਬੋਲੋ ਬੋਲੋ ਜੀ। ਇਸ ਘਰ 'ਚ ਭਾਗਾਂ ਵਾਲਾ ਉੱਠਿਆ ਹੋਊਗਾ, ਕੋਈ ਗਾਣਾ ਤਾਂ ਨਹੀਂ ਨਿਕਲੀਆਂ ਮੂੰਹ 'ਚੋਂ। ਜੇ ਤੁਹਾਡੇ ਮਨ 'ਚ ਇਹ ਭਾਵ ਆ ਗਿਆ, ਇਸ ਘਰ 'ਚ ਕੋਈ ਭਾਗਾਂ ਵਾਲਾ ਉੱਠਿਆ, ਇਹ ਟੁੱਟੀ ਖੋਲ੍ਹੀ ਆ, ਇਹ ਟੁੱਟੀ ਖੋਲ੍ਹ ਕੇ ਇਸ਼ਨਾਨ ਕਰਕੇ ਰੱਬ ਦਾ ਨਾਮ ਜਪੂਗਾ, ਅਤੇ ਗੁਰੂ ਕਿਹਾ ਸਿੱਖਾ, ਜੇ ਇੱਕ ਸਿੱਖ ਦੇ ਮਨ 'ਚ ਇਹ ਭਾਵ ਬਣਦਾ ਹੈ, ਤਾਂ ਗੁਰੂ ਗੋਬਿੰਦ ਸਿੰਘ ਦੇ ਮਨ 'ਚ ਕਿੰਨਾ ਬਣਦਾ ਹੋਊਗਾ, ਕਿੰਨੇ ਖੁਸ਼ ਹੁੰਦੇ ਹੋਣਗੇ। ਮੇਰੇ ਵੇਖੇ ਵਿਕਸੇ ਕਰ ਵਿਚਾਰ, ਵੇਖਦਾ ਹੋਊਗਾ, ਵਿਕਸੇ ਦਾ ਮਤਲਬ ਦਾ ਖਿੜਦਾ ਹੋਊਗਾ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਖਿੜਦੇ ਹੋਣਗੇ ਜਦੋਂ ਤੇਰਾ ਬੱਚਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੀ ਬਾਣੀ ਪੜ੍ਹਦਾ। ਮੈਂ ਇੱਥੋਂ ਤੁਰਿਆ ਸਾਂ, ਸਮਾਂ ਭੱਜ ਗਿਆ, ਅੱਖ ਵਾਹਿਗੁਰੂ ਗੱਜ ਕੇ ਬੋਲੋ, ਸਾਚ ਨਾਮ।
ਆਧਾਰ ਮੀਨ ਕੀ ਦੱਸਿਆ ਸੀ? ਸਾਰੇ ਬੋਲੋ, ਤੁਸੀਂ ਅੱਜ ਇਹ ਦੇਖ ਕੇ ਦਿੰਦੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਮੇਰਾ ਆਸਰਾ ਮੇਰਾ ਭਰਾ ਨਹੀਂ, ਮੇਰਾ ਆਸਰਾ ਮੇਰਾ ਪੈਸਾ ਨਹੀਂ, ਮੇਰਾ ਆਸਰਾ ਦੁਨੀਆ ਭਰ ਦੇ ਰੱਬ ਦੇ ਇਰਸ਼ਾ ਦੇ ਕੁਝ ਨਹੀਂ, ਮੇਰਾ ਆਸਰਾ ਕੀ ਹੈ? ਤੇਰੇ ਨਾਮ ਦਾ ਆਸਰਾ। ਆਖੋ ਇਹ ਵੀ ਬੋਲੋ, ਉਹ ਜਿਹੜੇ ਆਸਰੇ ਲੋਕ ਬਣਾ ਕੇ ਬੈਠੇ ਨੇ ਉਹਦੇ ਬਾਰੇ ਸਤਿਗੁਰੂ ਨੇ ਬਾਣੀ 'ਚ ਲਿਖਿਆ, ਜਾਂ ਕੋ ਮੁਸ਼ਕਿਲ ਅੱਤ ਬਣੇ। ਆਉਂਦੀ ਬਾਣੀ ਬੋਲੋ, ਜਾਂ ਕੋ ਮੁਸ਼ਕਿਲ ਅੱਤ ਬਣੇ। ਅੱਗੇ ਕੀ ਢੋਈ ਕੋਈ ਨਾ ਤੋਂ ਇਹੋ ਜਿਹੀ ਸਿਚੁਏਸ਼ਨ ਬਣ ਗਈ, ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ, ਚਾਰ ਚੁਫੇਰੇ ਦੁਸ਼ਮਣ ਦੁਆਲੇ ਹੋ ਜਾਣ ਤੇ ਸਾਖ ਵੀ ਜਿਹਨੂੰ ਜਿਹਨੂੰ ਆਉਂਦੀ ਉਹ ਤੇ ਬੋਲੋ, ਜਿਹਨੂੰ ਨਹੀਂ ਚੇਤੇ ਉਹਨੂੰ ਚੇਤੇ ਕਰਿਓ, ਚੇਤੇ ਸਾਗ ਵੀ ਭੱਜ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ। ਅੱਗੇ ਕੀ ਲਿਖਿਆ? ਚਿੱਤ ਆਵੇ ਸੁਖਾ ਬ੍ਰਹਮ ਤਾਂ ਲੱਗੇ ਨਾ ਤੱਤੀ, ਲੱਗੇ ਨਾ ਉਹ ਨਾਮ ਦੇ ਆਸਰੇ ਦੀ ਗੱਲ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ। ਅੱਜ ਤੋਂ ਆਸਰਾ ਰੱਖ ਕੇ ਸਵੇਰੇ ਵੀ ਅਤੇ ਸ਼ਾਮ, ਅੱਧਾ ਅੱਧਾ ਘੰਟਾ ਸਵੇਰੇ ਅਤੇ ਅੱਧਾ ਸ਼ਾਮ ਨੂੰ, ਚਲੋ ਬਹੁਤਾ ਨਹੀਂ ਘੰਟਿਆਂ ਵੱਧੀ ਨਹੀਂ, ਸ਼ੁਰੂਆਤ ਕਰੋ। ਵੇਖਿਆ ਕਿ ਜਦੋਂ ਤੁਸੀਂ ਅੱਜ ਕੱਲ੍ਹ ਦੇ ਦਿਨਾਂ ਵਿੱਚ ਝੋਨਾ ਲਾਉਂਦੇ ਰਹੇ ਹੋ, ਝੋਨਾ ਲਾਉਂਦੇ ਰਹੇ, ਝੋਨਾ ਪਿੰਡ ਝੋਨਾ ਪਹਿਲੋਂ ਕੀ ਬੀਜਦੇ ਹੋ? ਪਨੀਰੀ। ਕਿੰਨੀ ਕੁ ਬੀਜਦੇ ਹੋ ਇੱਕ ਖੇਤ ਵਿੱਚ? ਕਿਲੋ, ਦੋ ਕਿਲੋ। ਅਤੇ ਜਿੱਦਣ ਪਨੀਰੀ ਫਲਦੀ, ਜਿੱਦਣ ਪਨੀਰੀ ਦੇ ਬੂਟੇ ਫਲਦੇ, ਉਹ ਦੋ ਕਿਲੋ ਰਹਿੰਦੇ? ਬੋਲੋ ਨਾ ਗੁਰਕਿਸ਼ਨ, ਢੇਰ ਲੱਗ ਜਾਂਦੇ, ਬੋਹੜ ਉਹਨੂੰ ਕਹਿੰਦੇ, ਬੋਹੜ। ਤੁਹਾਡੀ ਜ਼ਿੰਦਗੀ 'ਚ ਵੀ ਬੋਹੜ ਲੱਗਣਗੇ, ਤੁਸੀਂ 20 ਮਿੰਟ ਤੋਂ ਸ਼ੁਰੂਆਤ ਕਰੋ, ਸ਼ੁਰੂਆਤ ਕਰੋ। ਇਹ ਤੋਂ ਬਿਨਾਂ ਸਰਨਾ ਨਹੀਂ ਜੇ, ਕਹੋ ਨਾਨਕੇ ਤੱਤ ਵਿਚਾਰਾ ਨਹੀਂ ਛੁਟਕਾਰਾ। ਇਹ ਤੋਂ ਬਿਨਾਂ ਦੁਨੀਆ ਦੇ ਲੋਕੋ, ਤੁਹਾਡਾ ਭਾਵੇਂ ਐਡਮਿੰਟਨ ਆ ਗਏ ਹੋ, ਭਾਵੇਂ ਕੈਲਗਰੀ ਆ ਗਏ ਹੋ, ਭਾਵੇਂ ਸਰੀ ਆ ਗਏ, ਟੋਰਾਂਟੋ ਆ ਗਏ, ਇੱਕ ਗੱਲ ਨੋਟ ਕਰ ਲਓ, ਝੂਠੇ ਭਰੋਸਿਆਂ 'ਤੇ ਤੁਹਾਡਾ ਬੇੜਾ ਪਾਰ ਨਹੀਂ ਜੇ ਹੋਣਾ। ਭਰੋਸਾ ਜਿਹੜਾ ਗੁਰੂ ਨੇ ਦਿੱਤਾ ਹੈ, ਕਹੋ ਨਾਨਕੇ ਤੱਤ ਵਿਚਾਰਾ ਬਿਨਾਂ ਭਜਨ ਨਹੀਂ ਛੁਟਕਾਰਾ। ਇਹ ਤੋਂ ਬਿਨਾਂ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਛੁਟਕਾਰਾ ਨਹੀਂ ਜੇ ਹੋਣਾ। ਇੱਧਰਾਂ ਲੱਕ ਕਰਕੇ ਸਿੱਧੇ ਹੋ ਕੇ ਬੈਠੋ, ਦੋ ਕੁ ਮਿੰਟ ਕਿਤੇ ਲਾ ਦਿਓ, ਹਾਂ ਪਨੀਰੀ ਵਾਂਗੂ ਕੁਝ ਕੁ ਬੂਟੇ ਲਾ ਦਿਓ। ਉਸ ਪਨੀਰੀ ਦੇ ਵਿੱਚੋਂ ਵੇਖਿਆ ਇੱਕ ਤੀਲਾ ਹੁੰਦਾ ਪਨੀਰੀ ਦਾ, ਜਦੋਂ ਆਪਾਂ ਗੱਡਦੇ ਕਿੰਨੇ ਕੁ ਹੁੰਦੇ? ਥੋੜ੍ਹੇ ਦਿਨਾਂ 'ਚ ਹੀ ਐਡੇ ਬਣ ਜਾਂਦੇ ਨਾ। ਸ਼ੁਰੂਆਤ ਕਰੋ, ਵਾਹਿਗੁਰੂ 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 ਵਾਹਿਗੁਰੂ।
ਤੁਹਾਡੇ ਵਿੱਚੋਂ ਜਿੰਨਾ ਅੰਮ੍ਰਿਤ ਨਹੀਂ ਛਕਿਆ, ਚੇਤਾ ਕਰੋ, ਇੱਥੇ ਝੱਤ ਮਾਰ ਕੇ ਵੇਖੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ੀ ਹੋਈ ਸ੍ਰੀ ਸਾਹਿਬ ਮੇਰੇ ਕੋਲ ਹੈਗੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖਸ਼ਿਆ ਕੜਾ ਮੇਰੇ ਕੋਲ ਹੈਗਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਕੀਤੀ ਕੰਘੇ ਦੀ ਮੇਰੇ ਕੋਲ ਹੈਗੀ, ਕੇਸ ਮੇਰੇ ਕੋਲ ਹੈਗੇ, ਕਛਹਿਰਾ ਮੇਰੇ ਕੋਲ ਹੈਗਾ। ਜੇ ਨਹੀਂ ਤਾਂ ਇੱਥੇ ਨਾਮ ਲਿਖਾਇਓ। ਪ੍ਰਧਾਨ ਸਾਹਿਬ ਦੱਸਣ ਡਿਆ ਸੀ ਉਦੋਂ, ਆਖੋ ਵਾਹਿਗੁਰੂ, ਮੈਨੂੰ ਤਾਂ 12 ਸੀ। 12 ਚ ਗਿਆ ਤੁਸੀਂ ਅਮਨ? 12 ਸੀ ਰਾਜੇ, ਕਿਹੜੀ ਸੰਤ ਸੀ? 12 ਦੇ ਵਿੱਚ 85 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ। ਗੁਰੂ ਕੇ ਸਿੱਖਾਂ ਇਹਨਾਂ ਨੇ ਆਪ ਸਟੇਜ ਤੋਂ ਬੋਲਿਆ ਸੀ ਵੀ ਇਸ ਗੁਰਦੁਆਰੇ ਦਾ ਰਿਕਾਰਡ ਆ ਵੀ ਅੱਜ ਤੱਕ ਇੱਥੇ 85 ਪ੍ਰਾਣੀਆਂ ਨੇ ਇਕੱਠਿਆਂ ਅੰਮ੍ਰਿਤ ਨਹੀਂ ਛਕਿਆ। ਹੁਣ ਮੈਂ ਆਪ ਜੀ ਨੂੰ ਤਰਲਾ ਫੇਰ ਪਾਉਣਾ, 2, 4, 5 ਪ੍ਰਾਣੀ, 7, 8, 9, 10 ਜਿੰਨੇ ਹੋ ਸਕੋ ਆਪੋ ਆਪਣੇ ਨਾਮ ਪ੍ਰਬੰਧਕਾਂ ਨੂੰ ਲਿਖਾਓ ਤਾਂ ਕਿ ਇਹ 7 ਦਿਨ ਦੀ ਕੀਤੀ ਕਥਾ ਦਾ ਕੁਝ ਰਿਜ਼ਲਟ ਕੱਢ ਸਕੀਏ। ਸਤਿਗੁਰੂ ਕਿਰਪਾ ਕਰੇ। ਇੰਨਾ ਆਪ ਜੀ ਨੂੰ ਕਹਿਣ ਲੱਗਾ ਸਾਂ ਵੀ ਇਹ ਇੱਕ ਹਫ਼ਤੇ ਦੇ ਦੀਵਾਨ 'ਚ ਜਿੱਥੇ ਅੰਮ੍ਰਿਤ ਦੀ ਰੋਜ਼ ਆਪ ਜੀ ਨੂੰ ਜੋਦਰੀ ਕਰਨੀ ਆ, ਬੇਨਤੀ ਕਰਨੀ। ਸੁਖਮਨੀ ਸਾਹਿਬ ਦਾ ਇੱਕ ਪਤਾ ਹੈ, ਮੈਂ ਮਾਤ ਪਿਤਾ ਸੁੱਤ ਮੀਤ ਨਾ ਭਾਈ, ਉੱਚੀ ਬੋਲੋ, ਮਨ ਨੂੰ ਸਾਹਮਣੇ ਗੱਲ, ਮਨ ਇਸ ਤਰ੍ਹਾਂ ਨਹੀਂ ਵੀ ਮਨ ਨੂੰ ਹੁਣ ਨਹੀਂ ਗੱਲ ਕਰਨੀ ਹੈ, ਮਨ ਨਾਲ ਵੀ ਜਿੱਥੇ ਤੇਰੇ ਮਾਂ ਪਿਓ ਭੈਣ ਭਰਾ ਤੇਰੀ ਸ਼ੈਤਾਨੀ ਨਾ ਕਰਨਗੇ, ਮੇਰੇ ਮਨਾ ਊਹਾਂ ਨਾਮ ਤੇਰੇ ਜੈ ਮਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੇ ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਰ ਮੈਂ ਤੇਰਾ ਭਲਾ ਕਰੂੰਗਾ। ਇਸ ਪਤੇ ਦੀ ਵਿਚਾਰ ਮੈਂ 7 ਦਿਨਾਂ ਦੇ ਵਿੱਚ ਮੇਰੇ ਗੁਰੂ ਨੇ ਜਿਸ ਤਰ੍ਹਾਂ ਮੇਰੇ ਕੋਲ ਕਰਾਉਣੀ, ਸਤਾ ਉਹਦੀ, ਬੋਲ ਉਹਦੇ, ਜੀਵ ਉਹਦੀ, ਬਾਣੀ ਉਹਦੀ, ਤੁਸੀਂ ਸਹਿਯੋਗ ਦੇਣਾ। ਰੋਜ਼ ਰਾਤ ਨੂੰ ਸਮੇਂ ਨਾਲ ਆਉਣਾ, 6:30 ਤੋਂ 7:30 ਵਜੇ ਤੱਕ ਲੜੀਵਾਰ ਕਥਾ ਸੁਣਨੀ ਹੈ ਮੇਰੇ ਸਾਹਿਬ ਦੀ, ਜਿਹੜੀ ਸੁਖਮਨੀ ਸਾਹਿਬ ਆਪਾਂ ਪੜ੍ਹੀ ਜਾਂਦੇ ਹਾਂ, ਆਖੋ ਵਾਹਿਗੁਰੂ, ਜਿਹੜੀ ਸੁਖਮਨੀ ਸਾਹਿਬ ਦਾ ਯੂਟਿਊਬ ਦੇ ਉੱਤੇ ਰੌਲਾ ਪਾਇਆ, ਆਹ ਜੇ ਕਰੋ ਨਾ ਇੱਕ ਸੁਖਮਨੀ ਸਾਹਿਬ ਦਾ ਪਾਠ ਅਤੇ ਤੁਹਾਡੇ ਘਰ ਇੰਨੇ ਪੈਸੇ ਆ ਜਾਣ, ਤੁਹਾਡੇ ਕੋਲ ਮੁੱਕਣੀ ਨਾ। ਮੇਰੀ ਹੱਥ ਜੋੜ ਕੇ ਬੇਨਤੀ ਆ, ਇਹ ਸੁਖਮਨੀ ਸਾਹਿਬ ਪੈਸੇ ਮੰਗਣ ਨੂੰ ਨਹੀਂ ਗਈ। ਬੋਲੋ ਭਲਾ, ਇਹ ਸੁਖਮਨੀ ਸਾਹਿਬ ਪਤਾ ਕਦੇ ਨਹੀਂ ਪੜੀ? ਚਿਰ ਭੈਉ ਦਰਸ਼ਨ ਦੇਖ, ਚਿਰ ਭੈਉ ਦਰਸ਼ਨ ਦੇਖ, ਚਿਰ ਬਹੁਤ ਜਨਮ ਬਿਛੜੇ ਥੇ ਮਾਧੋ, ਬਹੁਤ ਜਨਮ ਬਿਛੜੇ ਕਰਕੇ ਸੁਖਮਨੀ ਸਾਹਿਬ ਪੜ੍ਹੀ ਦੀ ਵੀ ਅਸੀਂ ਪੜ੍ਹ ਕੇ ਸੁਖਮਨੀ ਸਾਹਿਬ ਅਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਸਕੀਏ।
ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ, ਚਿਰ ਦਰਸ਼ਨ ਦੇਖੇ, ਭਇਓ ਦਰਸ਼ਨ ਦੇਖੇ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਪਿਆ ਨਹੀਂ ਜੀ ਪਿਆ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਜਾਓ, ਦਰਸ਼ਨ ਦੇਖਣੇ ਕਾ ਜਾਓ, ਦਰਸ਼ਨ ਦੇਖਣੇ ਕਾ ਜਾਓ, ਦਰਸ਼ਨ ਦੇਖਣੇ ਕਾ ਜਾਓ, ਕਿੰਨਾ ਚਿਰ ਭੇਡਾਂ ਚਾਰਦਾ ਰਿਹਾ, ਮੈਸੇਜ ਮਿਲ ਗਿਆ ਸੀ, ਮੈਸੇਜ ਕੀ ਮਿਲ ਗਿਆ ਸੀ, ਮੈਸੇਜ ਕਿਸੇ ਨੂੰ ਪੁੱਛਿਆ ਸੀ ਵੀ ਮੇਰੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜੂ, ਸੁਣ ਰਹੇ ਪੁੱਤ ਚਿੱਟੇ ਦੁਮਾਲੇ ਵਾਲੀ ਕੀ ਸੁਣ ਰਹੇ ਹੋ ਨਾ, ਵੀ ਮੇਰੀ ਜ਼ਿੰਦਗੀ ਦਾ, ਅਤੇ ਉਹ ਜਿਹਨੂੰ ਪੁੱਛਿਆ ਸੀ ਉਹ ਕਹਿੰਦਾ ਪਾਰ ਉਤਾਰਾ ਤਾਂ ਅਜੇ ਮੇਰਾ ਵੀ ਨਹੀਂ ਹੋਇਆ। ਇਹ ਸੱਚੇ ਸਾਧੂ ਦੀ ਕਹਾਣੀ, ਜੋ ਹੈ ਸੋ ਬੋਲਿਆ, ਇਹ ਨਹੀਂ ਕਿਹਾ ਝੂਠਾ ਹਾਂ ਕਰ ਦੇਂਗੇ, ਹਮਾਰੀ ਮਹਿਮਾ ਤੋਂ ਪਰਮਪਾਰ ਹੈ ਨਾ, ਉਹਨੇ ਇਹ ਗੱਲ ਆਖੀ ਪਾਰ ਉਤਾਰਾ ਤੇਰੇ, ਕੋਈ ਕਹਿੰਦਾ ਹੈ ਨਾ, ਹਰ ਬੰਦਾ ਥੋੜ੍ਹਾ ਕਹਿੰਦਾ। ਕਿੰਨੀ ਚੰਗੀ ਆਤਮਾ ਹੋ ਗਈ ਜਿਹਨੇ ਆਖਿਆ ਪਾਰ ਉਤਾਰਾ ਤੇ, ਲੱਭਦੇ ਨਹੀਂ ਹੁਣ ਨਹੀਂ, ਭਲਾ ਸੀ ਪੈਰ ਫੜ ਲਏ ਘੁੱਟ ਕੇ, ਸਵਾਦ ਚੰਗਣ ਲੱਗਾ ਸੀ ਉਹ ਸਾਧੂ ਜਿਹਨੇ ਕਿਹਾ ਪਾਰ ਉਤਾਰਾ ਤੇ, ਮੇਰਾ ਵੀ ਨਹੀਂ ਹੋਇਆ। ਰੱਖ ਕੇ ਉਹਦੇ ਅੰਗੂਠਿਆਂ ਦੇ ਉੱਤੇ ਇਤਨਾ ਸਿਰ, ਅਤੇ ਚੀਕ ਮਾਰ ਕੇ ਕਹਿੰਦਾ ਮੈਂ ਤਾਂ ਤੈਨੂੰ ਦੁੱਧ ਪਿਆਇਆ, ਮੈਂ ਤਾਂ ਤੇਰੀਆਂ ਲੱਤਾਂ ਘੁੱਟੀਆਂ, ਪਤਾ ਲੱਗ ਰਿਹਾ ਜੀ, ਮੈਂ ਤਾਂ ਤੇਰੀਆਂ ਲੱਤਾਂ ਘੁੱਟੀਆਂ ਵੀ ਤੂੰ ਮੇਰਾ, ਉੱਚੀ ਬੋਲੋ, ਅੱਜ ਤੂੰ ਜਾਂਦੇ ਜਾਂਦੇ ਨੇ ਮੈਨੂੰ ਜਵਾਬ ਦੇ ਦਿੱਤਾ, ਹੁਣ ਮੈਂ ਕਿਹਦੇ ਕੋਲ ਜਾਵਾਂ। ਅਤੇ ਉਹਨੇ ਮਰਦੇ ਮਰਦੇ ਨੇ ਆਖਿਆ ਮੈਂ ਜਵਾਬ ਨਹੀਂ ਦਿੱਤਾ, ਮੈਂ ਤੇਰਾ ਜਵਾਬ ਦਊਂਗਾ, ਜਵਾਬ ਨਹੀਂ ਦਿੱਤਾ, ਜਵਾਬ ਦਊਂਗਾ ਤੈਨੂੰ, ਨਹੀਂ ਪਤਾ ਕੋਈ ਸਮਝ ਲੱਗ, ਜਵਾਬ ਦੇਣਾ ਨਾ ਨਹੀਂ ਕੀਤੀ, ਮੈਂ ਐਂਸਰ ਕਰੂੰਗਾ ਤੈਨੂੰ, ਦੱਸੋ ਜੀ ਕੋ ਹੁਕਮ ਕਰੋ। ਕਹਿੰਦੇ ਤੂੰ ਕਹਿੰਦਾ ਨਾ ਮੇਰਾ ਪਾਰ ਉਤਾਰਾ, ਪਾਰ ਉਤਾਰਾ ਕਰਨ ਵਾਲਾ ਇਸੇ ਜੰਗਲ ਵਿੱਚ ਤੈਨੂੰ ਆਣ ਕੇ ਮਿਲੂਗਾ, ਇਹ ਮੇਰਾ ਭਜਨ ਰਿਹਾ, ਇਸੇ ਜੰਗਲ ਚ ਆਣ ਕੇ ਮਿਲੂਗਾ, ਇਹ ਮੇਰਾ ਭਜਨ ਰਿਹਾ। ਆਖਰੀ ਸਵਾਸ 'ਤੇ ਸੀ, ਸਾਹ ਖਿੱਚ ਖਿੱਚ ਕੇ ਲੈਂਦਾ ਸੀ ਉਹ ਫਕੀਰ, ਤੁਸੀਂ ਚੰਗੇ ਬੰਦੇ ਹੋ ਧਿਆਨ ਨਾਲ ਸੁਣੋ, ਮੇਰੀ ਆਤਮਾ ਕਹਿੰਦੀ ਤੁਸੀਂ ਚੰਗੇ ਬੰਦੇ ਹੋ। ਸਾਹ ਖਿੱਚ ਖਿੱਚ ਕੇ ਲੈਂਦਾ ਸੀ, ਉਹਨੇ ਕਿਹਾ ਬੋਲ ਬਾਬਾ ਬੋਲ, ਜਾਂਦਾ ਜਾਂਦਾ ਦੱਸ। ਉਹਨੇ ਕਿਹਾ ਇੱਥੇ ਹੀ ਆਊ ਜੰਗਲ ਦੇ ਵਿੱਚ, ਕਿਤਨਾ ਦਾ ਆਊਗਾ, ਮੈਂ ਕਿਤਨਾ ਪਛਾਣੂ, ਸਮਝ ਰਹੇ ਹੋ ਜੀ, ਮੈਂ ਕਿਤਨਾ ਪਛਾਣੂ। ਅਤੇ ਉਹਨੂੰ ਕਿਹਾ ਉਹਦੇ ਘੋੜੇ ਦਾ ਰੰਗ ਨੀਲਾ ਹੋਣਾ, ਜਿਹਨੇ ਤੇਰਾ ਬੇੜਾ ਪਾਰ ਕਰਨਾ ਨਾ ਉਹਦੇ ਘੋੜੇ ਦਾ ਰੰਗ ਸਵਾ ਸੱਤ ਫੁੱਟ ਉੱਚਾ ਕਾਥੇ ਆਪਦਾ। ਇਹ ਦੱਸਣ ਡਿਆ ਜੇ ਜਾਂਦਾ ਜਾਂਦਾ ਸਾਧੂ, ਜਾਂਦਾ ਜਾਂਦਾ ਸਾਧੂ ਕਹਿੰਦਾ ਵੀ ਜਿਹਨੇ ਆਉਣਾ ਹੈ ਨਾ ਪਾਰ ਉਤਾਰਾ ਕਰਨ, ਉਹਦੇ ਘੋੜੇ ਦਾ ਰੰਗ ਸਵਾ ਸੱਤ ਫੁੱਟ ਉੱਚਾ ਦਾ ਕੱਢਿਆ, ਮੋਢਿਆ 'ਤੇ ਸੁਨਹਿਰੀ ਬਾਜ ਬੈਠਾ ਹੈ, ਉਹਦੇ ਹੀਰਿਆਂ ਦੀ ਜੜੀ ਕਲਗੀ ਆ ਉਹਦੇ ਸਿਰ 'ਤੇ,
ਇੱਕ ਗੱਲ ਤੈਨੂੰ ਜਾਂਦਾ ਜਾਂਦਾ ਦੱਸਦਾ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਜਿਹਨੇ ਤੇਰਾ ਬੇੜਾ ਪਾਰ ਕਰਨਾ, ਉਹਦੇ ਵਰਗਾ ਹੋਰ ਕੋਈ, ਤੇ ਜਿਹਦੇ ਵਰਗਾ ਤੂੰ ਅੱਜ ਤੱਕ ਕੋਈ ਨਾ ਵੇਖਿਆ ਹੋਇਆ ਉਹਨੂੰ ਸਮਝ ਲਈ ਉਹ ਤੇਰਾ ਹੀ ਬੇੜਾ ਪਾਰ ਕਰਨਾ ਹੈ। ਅੱਜ ਲੱਭਦਾ ਰਿਹਾ ਆਪ ਤੇ ਸਵਾਦ ਛੱਡ ਗਿਆ, ਇੱਕ ਸਾਲ ਦੋ ਸਾਲ ਤਿੰਨ ਸਾਲ ਜ਼ਿੰਦਗੀ ਦੇ ਲੰਘ ਗਏ। ਉਦਣ 65-70 ਸਾਲ ਦਾ ਸੀ, ਅੱਜ 90 ਸਾਲ ਦਾ ਹੋ ਗਿਆ। ਰੋਜ਼ ਪਰਵੱਟੇ ਚੁੱਕਿਆ ਕਰੇ, ਇਸ ਤਰ੍ਹਾਂ ਦੇ ਵੇਖਿਆ ਕਰੇ, ਕੋਈ ਓਡੇ ਲੰਮੇ ਕੱਦ ਵਾਲਾ ਹੋਵੇ, ਨੀਲੇ ਘੋੜੇ ਵਾਲਾ ਹੋਵੇ, ਰਾਤ ਦਿਨ ਰੋਂਦਾ ਜੰਗਲ ਦੇ ਵਿੱਚ ਤੁਰਿਆ ਫਿਰਿਆ ਕਰੇ। ਇੱਕ ਦਿਨ ਬਹਿ ਗਿਆ, ਲੱਤਾਂ ਰਹਿ ਗਈਆਂ, ਪੋਤਰੇ ਨੂੰ ਕਹਿੰਦਾ ਹੁਣ ਤੂੰ ਭੇਡਾਂ ਲੈ ਕੇ ਜਾਇਆ ਕਰ, ਮਗਰ ਇੱਕ ਸ਼ਰਤ 'ਤੇ, ਜੇ ਤੈਨੂੰ ਕਦੀ ਕੋਈ ਨੀਲੇ ਰੰਗ ਦੇ ਘੋੜੇ ਵਾਲਾ ਮਿਲੇ, ਜੇ ਕੋਈ ਕਲਗੀ ਵਾਲਾ ਮਿਲੇ ਤਾਂ ਪੁੱਤ ਛੇਤੀ ਆਣ ਕੇ ਮੈਨੂੰ ਦੱਸੀ, ਉਹਨੇ ਮੇਰਾ ਬੇੜਾ ਬੰਨੇ ਲਾਉਣਾ ਹੈ। ਤੁਸੀਂ ਤੇ ਮੈਂ ਤੇ ਭੁੱਲ ਹੀ ਗਏ ਵੀ ਬੇੜਾ ਵੀ ਬੰਨੇ ਲੱਗਣਾ ਹੈ। ਉਹ ਤੇਲੀ ਸੰਧਾ ਬਲਦ ਕਰ, ਜਿਤਨਾ ਤੇਲੀ ਦਾ ਬਲਦ ਨਹੀਂ ਜੋਧੀ ਦਾ ਕੀ ਕਰੀਦਾ, ਖੋਪੇ ਦੇ ਕੇ ਛੱਡ ਦੀਦਾ ਹੈ। ਉਹ ਸਾਰਾ ਦਿਨ ਵਗਦਾ 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 ਮਨ ਵਿੱਚ ਇਹ ਸੋਚਦਾ ਹੈ ਵੀ ਮੈਂ ਪਤਾ ਨਹੀਂ ਕਿਤੇ ਦਾ ਕਿਤੇ ਪਹੁੰਚ ਗਿਆ, ਪਤਾ ਨਹੀਂ ਕਿੱਥੇ ਪਹੁੰਚ ਗਿਆ, ਮਗਰ ਜਦੋਂ ਅੱਖਾਂ ਤੋਂ ਖੁੱਲਦੀ ਪੱਟੀ ਉੱਥੇ ਦਾ। ਅਸੀਂ ਵੀ ਸਾਰਾ ਜੀਵਨ ਭਾਵੇਂ ਐਡਮਿੰਟਨ ਅਤੇ ਭਾਵੇਂ ਕੈਲਗਰੀ ਕੰਮ ਕਰਕੇ, ਰੂਹ 'ਤੇ ਜਿੱਥੋਂ ਤੁਰੀ ਖਾਲੀ ਹਾਥੀ, ਤੁਰੀ ਦੇ ਖਾਲੀ ਹਾਥੀ ਬੈਠੀ, ਇਹਦੇ ਪੱਲੇ ਵੀ ਕੀ ਹੈ। ਪੁੱਤਰੇ ਨੂੰ ਕਹਿਣ ਲੱਗਾ, ਪੁੱਤ ਹੁਣ ਤੂੰ ਭੇਡਾਂ ਲੈ ਕੇ ਜਾਇਆ ਕਰਨਾ, ਕੋਈ ਇਹੋ ਜਿਹਾ ਬੰਦਾ ਤੈਨੂੰ ਮਿਲੇ ਨਾ, ਇਹੋ ਜਿਹੀ ਸ਼ਖਸੀਅਤ ਮਿਲੇ, ਛੇਤੀ ਆਣ ਕੇ ਮੈਨੂੰ ਦੱਸੀ। ਮੈਂ ਸੋਚਦਾ ਜਿਵੇਂ ਮੇਰੇ ਸਵਾਸ ਨਿਕਲਣ ਤੋਂ ਪਹਿਲੋਂ ਮੈਨੂੰ ਉਹਦੇ ਦਰਸ਼ਨ ਹੋ ਜਾਣ। ਮੇਰਾ ਮੁਰਸ਼ਿਦ ਕਹਿੰਦਾ ਸੀ ਉਹਨੇ ਤੇਰਾ ਪਾਰ ਉਤਾਰਾ ਕਰਨਾ। ਇੱਕ ਦਿਨ ਭਾਗਾਂ ਵਾਲੀ ਘੜੀ ਆਈ, ਪੋਤਰਾ ਭੱਜਾ ਜਿਹਾ ਦੌੜਿਆ ਆਇਆ ਛੋਟਾ ਜਿਹਾ, ਦਾਦੂ ਦੌੜ, ਦਾਦਾ ਦੌੜ, ਜਿਹੋ ਜਿਹਾ ਤੂੰ ਕਹਿੰਦਾ ਸੀ ਮੈਂ ਅੱਜ ਜਮੁਨਾ ਨਦੀ ਕੰਢੇ 'ਤੇ ਫਿਰਦਾ ਵੇਖਿਆ ਹੈ, ਮੈਂ ਵੇਖਿਆ ਇਹੋ ਜਿਹਾ ਜਿਹੜਾ 7.5 ਫੁੱਟ ਉੱਚਾ ਕਰ ਦਿਆ। ਦਾਦਾ ਮੈਂ ਵੇਖਿਆ ਉਹਦੀਆਂ ਗੁੰਡਿਆਂ ਤੋਂ ਲੰਮੀਆਂ ਬਾਹਾਂ, ਦਾਦਾ ਮੈਂ ਵੇਖਿਆ ਉਹਦੇ ਘੋੜੇ ਦਾ ਰੰਗ ਨੀਲਾ, ਉਹਦੇ ਮੋਢੇ 'ਤੇ ਜਿਹੜਾ ਬਾਜ ਬੈਠਾ ਸੁਨਹਿਰੀ ਰੰਗ ਦਾ ਹੈ, ਕਿਤੇ ਉਹ ਹੀ ਨਾ ਹੋਵੇ ਛੇਤੀ ਦੌੜ। ਗੁਰੂ ਕਿਆ ਸਿੱਖਾ ਕਹਿਣਾ ਤਾਂ ਇਹ ਸੀ ਸੁਖਮਨੀ ਸਾਹਿਬ ਪੜ੍ਹ ਕੇ ਵੀ ਚਿਰ ਪਏ ਉਹ ਦਰਸ਼ਨ। ਉੱਚੀ ਬੋਲੋ, ਮੇਰੀ ਆ ਯੂਟਿਊਬ 'ਚੋਂ ਪੈਸੇ ਲੱਭਦੇ ਹੋ ਤੁਸੀਂ। ਸੁਖਮਨੀ ਸਾਹਿਬ ਬਾਰੇ ਮੈਂ ਫਿਰ ਤੁਹਾਨੂੰ ਹੱਥ ਜੋੜਾਂ, ਸੁਖਮਨੀ ਸਾਹਿਬ ਇਸ ਕਰਕੇ ਨਾ ਪੜ੍ਹੋ ਵੀ ਪੈਸੇ ਤੁਹਾਡੇ ਘਰ 'ਚ ਆਉਣ। ਜਦੋਂ ਜਿਸ ਦਾ ਪਰਛਾਵਾਂ ਹੈ ਨਾ, ਇਹ ਦੁਨੀਆਂ ਭਰ ਦੀ ਦੌਲਤ ਰੱਬ ਦਾ ਪਰਛਾਵਾਂ ਹੈ। ਹਾਜ਼ਰ ਹੋ ਜੀ, ਦੁਨੀਆਂ ਭਰ ਦੀ ਸੁੱਖ ਇਹ ਰੱਬ ਦਾ ਕੀ ਹੈ, ਅਤੇ ਜਦੋਂ ਰੱਬ ਤੁਹਾਡੇ ਘਰ ਆ ਗਿਆ ਪਰਛਾਵਾਂ ਪਿੱਛੇ ਥੋੜ੍ਹਾ ਰਹਿਣਾ ਹੈ। ਇਹ ਦੁਨੀਆਂ ਭਰ ਦੀਆਂ ਦੌਲਤਾਂ ਵੀ ਤੁਹਾਡੇ ਘਰ ਆ ਜਾਂਦੀਆਂ ਜਦੋਂ ਰੱਬ ਤੁਹਾਡੇ ਘਰ ਆਊਗਾ। ਭੱਜ ਹੌਲੀ ਹੌਲੀ ਲੱਤਾਂ ਧੁੰਦਾ 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 ਧੁੰਦਾ, ਮੋਢੇ 'ਤੇ ਬੱਚੇ ਦੇ ਹੱਥ ਰੱਖਿਆ, ਕੁਝ ਦੂਰ ਸੀ ਅਤੇ ਸਾਹਮਣੇ ਲਿਸ਼ਕਦੀ ਕਲਗੀ ਦੀ ਸੀ, ਆਂਦਾ ਛੱਡ ਦੇ ਬੇਟਾ ਮੇਰੀ ਮੰਜ਼ਿਲ ਮਿਲ ਗਈ। ਦਾਦਾ ਡਿੱਗ ਪਏਗਾ, ਕੋਈ ਗੱਲ ਨਹੀਂ, ਹੁਣ ਡਿੱਗੂੰਗਾ ਵੀ ਤੂੰ ਉਹਦੇ ਚਰਨਾਂ 'ਤੇ ਡਿੱਗੂੰ।